ਇਹ ਪਾਣੀ ਬਾਲਟੀ ਤਕਰੀਬਨ 4 ਤੋਂ 5 ਲੀਟਰ ਹੈ ਗਾੜੀ ਜੇ ਮਾਝ ਦੀ। ਹਾਲੀ ਮਾਝ ਦਾ ਜਿਹੜਾ ਦੁੱਧ ਵਿੱਚ ਛੱਡ ਦਿੱਤਾ ਕਿਉਂਕਿ ਸਜਰੀ ਮਾਝ ਸੋਈ ਹੋਵੇ ਅਤੇ ਦੁੱਧ ਵਿੱਚ ਤਕਰੀਬਨ ਜ਼ਿਆਦਾ ਨਹੀਂ ਤਾਂ ਪਾਈਆ ਤੁਸੀਂ ਲਾਜ਼ਮੀ ਛੱਡ ਦਿੱਤਾ ਕਰੋ ਥਣਾਂ ਦੇ ਵਿੱਚ ਤਕਰੀਬਨ 4 ਦਿਨ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ, ਕੀ ਹਾਲ ਹੈ ਜੀ ਸਾਰੇ ਭਾਈਆਂ ਦਾ? ਅੱਜ ਜਨਾਬ ਦੋਸਤਾਂ ਨੂੰ ਮਾਝ ਦੀ ਚੁਆਈ ਵਿਖਾਉਣ ਲੱਗੇ ਹਾਂ। ਮਾਝ ਦੋਸਤਾਂ ਨੇ ਤੱਕੀ ਹੋਣੀ ਹੈ ਪਹਿਲੇ ਵੀ, ਮਾਝ ਦੇ ਪਿੱਛੇ ਗੱਡਾ ਵਾਰਾ ਦੂਸਰਾ ਮਾਝ ਦੇ ਜਨਾਬ ਚੁਆ ਦੋਸਤਾਂ ਨੇ ਵੇਖ ਲੈਣੇ ਨੇ, ਕਿਉਂਕਿ ਜਿਤਨੀ ਚੰਗੀ ਮਾਝ ਹੋਵੇ ਗੱਲ ਮੁੱਕਦੀ ਹੈ ਚੁਆਈ 'ਤੇ ਚੁਆ ਦੋਸਤਾਂ ਨੂੰ ਵਿਖਾਉਣੇ ਨੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। ਸੱਜਣਾ ਬਿੱਲੀਆਂ ਤਾਂ ਰੂਹ ਰਾਜ਼ੀ ਨਾ ਆਉਣ ਤਾਂ ਫਿਰ ਤੁਸੀਂ ਕਮੈਂਟ ਲਾਜ਼ਮੀ ਕਰਨੇ ਨੇ, ਜੇ ਸ਼ੌਕ ਪੂਰਾ ਹੋਵੇ ਤਾਂ ਫਿਰ ਜਨਾਬ ਸਾਨੂੰ ਦਾਦ ਲਾਜ਼ਮੀ ਦੇਣੀ ਹੈ ਕਮੈਂਟਾਂ 'ਚ ਕਿ ਕਿਆ ਪਾਕ ਪਤਨ ਪੰਜਾਬ ਟੀਵੀ ਦੀ ਟੀਮ ਤੁਹਾਡੇ ਸ਼ੌਕ ਪੂਰੇ ਕਰਵਾ ਰਹੀ ਹੈ? ਸੱਜਣਾ ਨੂੰ ਸਰੂਰ ਆਉਂਦੇ ਪਏ ਨੇ ਜਾਂ ਨਹੀਂ ਆਉਂਦੇ ਪਏ? ਇਨਸ਼ਾਅੱਲਾ ਪਿਆਰ ਭਾਈਆਂ ਦੇ ਨਾਲ ਕਰਨਾ ਹੈ ਅਤੇ ਮੱਝਾਂ ਜਿਹੜੀਆਂ ਨੇ ਨਾ ਉਹ ਕੱਢ ਕੱਢ ਕੇ ਵਿਖਾਉਣੀਆਂ ਨੇ। ਇਹ ਗੱਲ ਸਾਬਿਤ ਕਰਨੀ ਹੈ ਕਿ ਨੀਲੀ ਅਤੇ ਮੱਝਾਂ ਅਜੇ ਤੱਕ ਹੈ ਨੇ। ਜਿਹੜੇ ਦੋਸਤ ਆਖਦੇ ਨੇ ਕਿ ਨੀਲੀ ਅਤੇ ਮੱਝ ਹੀ ਨਹੀਂ ਰਹਿ ਗਈ, ਉਹਨਾਂ ਵਾਸਤੇ ਜਨਾਬ ਚੁਆ ਦੋਸਤਾਂ ਨੇ ਵੇਖ ਲੈਣੇ ਨੇ ਮਾਸ਼ਾਅੱਲਾ ਮਾਝ ਨੂੰ ਜਿਹੜਾ ਪਸਮਾ ਹੈ ਉਹ ਕਿੱਲੇ ਠੋਕੀ ਖਲੀ ਅੱਲਾ ਦੇ ਹੁਕਮ ਦੇ ਨਾਲ। ਖੈਰ ਹੋ ਗਈ, ਕੈਮਰਾਮੈਨ ਨੂੰ ਤਾਂ ਨੀਂਦ ਆਉਣੀ ਆਉਣੀ ਹੈ, ਜਿਹੜੇ ਦੋਸਤ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਇਨਸ਼ਾਅੱਲਾ ਆ ਗਿਆ ਸੀ। ਕੋਈ ਛੱਟਾ ਨਹੀਂ ਤੇ ਕੋਈ ਫੁਆਰਾ ਨਹੀਂ ਜਨਾਬ, ਕੋਈ ਗੱਡ ਮਰੋੜੀ ਤੇ ਕੋਈ ਨਾੜ ਨਹੀਂ। ਇਨਸ਼ਾਅੱਲਾ ਜਿਹੜੇ ਵੀਰ ਦੇ ਨਸੀਬਾਂ 'ਚ ਹੋਈ ਦੁਆਵਾਂ ਤੇ ਸੀ ਕਿ ਯਾਰ ਵਾਕਿਆ ਮੱਝ ਆਈ ਹੈ ਨੀਲੀ ਤੋਂ। ਮੱਝ ਮੁੱਠੀ ਨਹੀਂ ਖੋਲਣ ਦਿੰਦੀ, ਮਾਸ਼ਾਅੱਲਾ ਚੈੱਕ ਕਰਨਾ ਹੈ। ਛੱਡ ਵੀ ਦੇ
ਠੀਕ ਆ। ਬਸ ਕਰੀਏ ਇਹ ਪਾਣੀ ਬਾਲਟੀ ਤਕਰੀਬਨ 4 ਤੋਂ 5 ਲੀਟਰ ਹੈ ਗਾੜੀ ਜੇ ਮਾਝ ਦੀ। ਹਾਲੀ ਮਾਝ ਦਾ ਜਿਹੜਾ ਦੁੱਧ ਵਿੱਚ ਛੱਡ ਦਿੱਤਾ ਕਿਉਂਕਿ ਸਜਰੀ ਮਾਝ ਸੋਈ ਹੋਵੇ ਅਤੇ ਦੁੱਧ ਵਿੱਚ ਤਕਰੀਬਨ ਜ਼ਿਆਦਾ ਨਹੀਂ ਤਾਂ ਪਾਈਆ ਪਾਈਆ ਤੁਸੀਂ ਲਾਜ਼ਮੀ ਛੱਡ ਦਿੱਤਾ ਕਰੋ ਥਣਾਂ ਦੇ ਵਿੱਚ ਤਕਰੀਬਨ 4 ਦਿਨ। ਲਿਆ ਕੇ ਲਿਆਉਣੀ ਹੈ ਤਾਂ ਲਿਆ ਬਾਲਟੀ ਤਾਂ ਲਿਆਉਣੀ ਪੈਣੀ। ਬੰਦੇ ਐਵੇਂ ਗੱਲਾਂ ਕਰਦੇ ਨੇ ਸਿਰਫ ਵੀਡੀਓ 'ਤੇ ਖਲੋ ਅਤੇ ਕਿ ਜੀ ਇੱਥੇ 18 ਕਰਦੀ ਪਈ ਹੈ ਅਤੇ ਅੱਗੇ 22 ਕਰ ਜਾ ਸੀ ਅਤੇ 24 ਕਰ ਜਾ ਸੀ। ਅਗਲਾ ਕਿੰਨੇ ਵੇਖਿਆ, ਅਗਲਾ ਤਾਂ ਮਾਲਕਾਂ ਦਾ ਨਸੀਬ ਹੋਣਾ ਹੈ, ਅਗਾ 25 ਕਰੇ ਅਤੇ ਭਾਵੇਂ 28 ਕਰੇ ਜਾਂ 18 ਕਰੇ। ਅਸੀਂ ਗੱਲ ਕਰਨੀ ਹੈ ਹਾਜ਼ਰ ਮੌਕੇ ਦੀ ਇਨਸ਼ਾਲਾ, ਜਿਹੜਾ ਅਸੀਂ ਇੱਥੇ ਮਿਣਾ ਸਕਦੇ ਹਾਂ ਚੁਆ ਸਕਦੇ ਹਾਂ। ਸਜਰੀ ਸੂਈ ਮਾਝ ਹੋਵੇ ਤਾਂ ਥਣ ਪਾਸ ਆਉਂਦੇ ਨੇ, ਲੇਕਿਨ ਅੱਲਾ ਦੇ ਹੁਕਮ ਦੇ ਨਾਲ ਮਾਝ ਕੋਲੋਂ ਜਿਹੜਾ ਬੋਲਾ ਹੈ, ਜਿਹੜੀ ਮਾਝ ਕੋਲੋਂ ਬੋਲਾ ਹੋਵੇ ਉਹ ਹੀ ਅੱਗੇ ਦੁੱਧ ਕਰਦੀ ਹੈ। ਮਾਸ਼ਾਅੱਲਾ ਅੱਲਾ ਦੇ ਹੁਕਮ ਨਾਲ ਹੀ ਉਹ ਜਿਹੀਆਂ ਘਰ ਘਰ ਨਹੀਂ ਪੈਦਾ ਹੁੰਦੀਆਂ, ਨਾ ਹੀ ਤੁਹਾਨੂੰ ਕਿਸੇ ਵਿਖਾਉਣੀ ਹੈ। ਫਿਰ ਮਾਝ ਚੰਗੀ ਹਰ ਪਾਸੋਂ ਉੱਤੋਂ ਮਾਝ ਨੂੰ ਚੁਆ ਚੰਗੇ, ਮੱਝ ਜਿਤਨੀ ਮਹਿੰਗੀ ਹੋਵੇ ਜਾਂ ਸਸਤੀ ਹੋਵੇ ਮਾਝ ਦਾ ਚੁਆ ਚੰਗਾ ਹੋਣਾ ਚਾਹੀਦਾ। ਮਾਝ ਤੁਸੀਂ 16 ਲੱਖ ਦੀ ਲੈ ਲਓ, 20 ਦੀ ਲੈ ਲਓ, 35 ਦੀ ਲਵੋ ਅਤੇ ਭਾਵੇਂ 25 ਦੀ, ਅਗਰ ਚੁਆ ਨਾ ਚੰਗਾ ਹੋਵੇ ਤਾਂ ਫਿਰ ਉਹਦਾ ਫਾਇਦਾ ਹੀ। ਗੱਲਾਂ ਨਾਲ ਹਰ ਬੰਦਾ ਹੀ ਪੋਤਰ ਜਮਾਈ ਰੱਖਦਾ ਹੈ, ਇਨਸ਼ਾਅੱਲਾ ਤਾਲਾ ਕੰਮ ਕਾਰ ਤੇ ਵਿਖਾਉਣਾ ਜਿਹੜਾ ਨਾ ਮਿਹਨਤ ਲੱਗਦੀ ਹੈ। ਬਿਲਕੁਲ ਇਸ ਵਾਸਤੇ ਮੈਂ ਆਖਣਾ ਵੀ ਕੰਮ ਕਰਕੇ ਵਿਖਾਈਦਾ ਹੈ, ਚੀਕ ਚਿਕਾੜਾ ਤੇ ਹਾਲ ਹਾਲ ਲੋਕਾਂ ਲਈ ਕਾਰ ਕਦੇ ਨਹੀਂ ਪਾਈ। ਕੰਮ ਕਰਨਾ ਬੜਾ ਔਖਾ, ਗੱਲਾਂ ਕਰਨੀਆਂ ਸੌਖੀਆਂ ਨੇ। ਕੈਮਰਾਮੈਨ ਸਾਹਿਬ ਨਜ਼ਰ ਆ ਰਿਹਾ ਸਵਾਦ ਬਣੀ ਕੋਈ ਸਵਾਦ ਇਹੋ ਜਿਹੇ ਚੁਆ ਪੈਦਾ ਹੀ ਨਹੀਂ ਹੁੰਦੇ, ਜੰਮਦੇ ਹੀ ਨਹੀਂ। ਅੱਗੇ ਬਾਈ ਰਿਆਜ਼ ਦੀ ਮੱਝ ਆਪਾਂ ਇੱਕ ਲਾਈ ਹੋਈ ਸਰਦੀਆਂ ਅੱਜ, ਹਾਂ ਬਾਈ ਨਈਮ ਦੀ ਹਾਫਿਜ਼ ਨਈਮ ਦੀ, ਜਿਹੜੀ ਬਾਈ ਮੁਦੱਸਰ ਗੁੱਜਰ ਨੂੰ ਦਿੱਤੀ ਆਈ, ਜ਼ਿਲ੍ਹਾ ਗੁਜਰਾਤ। ਬੜੇ ਚੁਆ ਹੈ ਮਾਸ਼ਾਅੱਲਾ ਮੱਝ ਦੇ, ਇਹ ਉਹਨੂੰ ਹੀ ਕੱਟ ਗਈ ਹੈ। ਬੜਾ ਮੈਂ ਨਾ ਜੀ ਦੂਸਰੀ ਬਾਲਟੀ ਭਰੀ ਗਈ ਕੈਮਰਾਮੈਨ ਇੱਧਰ ਵੀ ਲਾਈ ਰੱਖਣਾ। ਦੋਸਤੀ
ਯਾਰ ਇਹੋ ਜਿਹੇ ਮਾਝੂ ਹੁਣ 22-23 ਕਿਲੋ ਜਾਂ 25 ਕਿਲੋ ਭਾਈ ਯਾਰ ਅੱਲਾ ਦੇ ਹੁਕਮ ਨਾਲ ਕੀ ਕਰਦਾ ਪਿਆ ਯਾਰ ਹੁਣ ਕੋ ਟਾਈਮ ਤਾਵਾਂ ਦੇ ਮੈਂ ਤੇ ਦੋਸਤ ਬਰਾ ਐਵੇਂ ਨੀਲੀ ਨੀਲੀ ਕੀਤੀ ਰੱਖਦੇ ਨੀਲੀ ਦੀ ਹੋਵੇ ਤਾਂ ਕੁਛ ਵੀ ਕਹਿੰਦੀਆਂ ਆਈਆਂ ਨਸਤਾਦ ਜੀ ਇਹਨੂੰ ਆਹ ਨੀਲੀ ਜਿਹੜੇ ਰਾਵੀ ਦੇ ਖਲੋ ਤੇ ਰਾਵੀ ਦੇ ਗੜੇ ਵੇਚ ਕੇ ਆਉਂਦੇ ਨੀਲੀ ਲੋਗੋ ਨੀਲੀ ਦਾ ਲਾ ਕੇ ਆਖਦੇ ਜੀ ਨੀਲੀ ਉਹ ਫਿਰ ਜਦੋਂ ਉਹ ਅੱਗੇ ਜਾ ਕੇ ਨਾ 4 ਮਹੀਨੇ ਦੇ ਕੇ ਤੇ 5ਵੇਂ ਮਹੀਨੇ ਲੱਤ ਮਾਰਦੇ ਭਰਾ ਹੁੰਦੀ ਹੈ ਨਾ ਫਿਰ ਬੰਦੇ ਆਖਦੇ ਜੀ ਉਹ ਨੀਲੀ ਤੂੰ ਮਾਝ ਲਈ ਆਏ ਉਸਤਾਦ ਜੀ ਆਪਣੀ ਬਦਨਾਮ ਜਿਹੜਾ ਹੈ ਉਹ ਨੀਲੀ ਨੂੰ ਕੀਤੀ ਰੱਖਦੇ ਤੇ ਮੱਝਾਂ ਰਾਵੀ ਦੀਆਂ ਵੇਚਦੇ ਨੇ ਤਕਰੀਬਨ ਕੋਈ 13-14 ਕਿਲੋ ਅੱਲਾ ਦੇ ਹੁਕਮ ਨਾਲ ਮਾਝ 25-26 ਕਿਲੋ 26 ਕਿਲੋ ਦੁੱਧ ਨਹੀਂ ਦੇਊਗੇ ਤੇ ਫਿਰ ਕੋਈ ਵੀ ਨਹੀਂ ਦੇਊਗਾ ਜ਼ਿਆਦਾ 12-13 ਤੋਂ ਵੀ ਹਾਲੀ ਮੈਂ ਮਾਝ ਦੀ ਜਿਹੜੀ ਡਿਮਾਂਡ ਹੈ 10 ਲੱਖ ਤੇ 30 ਹਜ਼ਾਰ ਫਾਈਨਲ ਹੋਈ ਹੈ ਜਿਹੜੇ ਬੰਦੇ ਦੀ ਸਮਝ ਚ ਆਵੇ ਉਹੀ ਬੰਦਾ ਕਾਲ ਕਰੇ ਜਿਹਦੀ ਸਮਝ ਚ ਨਾ ਆਵੇ ਉਹਦਾ ਹੱਕ ਬਣਦਾ ਕਿ ਚਲੋ ਕਮੈਂਟ ਕਰ ਦੇਵੇ ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ